ਹੋਏਗਾ ਜਿਹੜਾ ਚਿੱਟੇ ਦਾ ਜਿਹਨੂੰ ਲੱਗਿਆ ਉਹ ਆਪਾਂ ਠਾਉਣਾ। ਜੇ ਸਾਡਾ ਨਸ਼ਾ ਵਿਰੋਧੀ ਕਮੇਟੀ ਕਹਿੰਦੀ ਫਲਾਣੇ ਥਾਂ ਨਸ਼ਾ ਵੇਚਦਾ ਉੱਥੇ ਇਮੀਡੀਏਟਲੀ ਰੇਡ ਮਾਰੋ ਉਹ ਲਿਆਓ। ਅਸੀਂ ਹਾਜ਼ਰਾਂ ਕਮੇਟੀ ਦਾ ਸਾਡੇ ਹਲਕੇ 'ਚ ਕਮੇਟੀਆਂ ਬਣੀਆਂ ਪੁਲਿਸ ਅਫਸਰ ਜਾਂ ਹੋਰ ਕੋਈ ਕਿਤਾਹੀ ਕਰੂਗਾ ਉਹਦੇ 'ਤੇ ਵੀ ਕਾਨੂੰਨੀ ਕਾਰਵਾਈ। ਅੱਜ ਰਾਮਪੁਰਾ ਸ਼ਹਿਰ ਦੇ ਵਿੱਚ ਇੱਕ ਰੈਲੀ ਰੱਖ ਰਹੇ ਹਾਂ। ਇਹ ਜਿਹੜਾ ਇਹ ਰੋਗ ਆ ਜਿਹੜਾ ਚਿੱਟੇ ਦਾ ਜਿਹਨੂੰ ਲੱਗਿਆ ਉਹ ਆਪਾਂ ਠਾਉਣਾ, ਦਾਖਲ ਕਰਾਉਣਾ ਉਹਨਾਂ ਦੇ ਬੱਚੇ ਵਧੀਆ ਨਾਗਰਿਕ ਬਣਨ, ਵਧੀਆ ਇਨਸਾਨ ਬਣਨ। ਜਿਹੜੇ ਵੇਚਦੇ ਉਹ ਖੜ ਨਹੀਂ ਦੇਣੇ। ਮੈਂ ਹਰ ਰੋਜ਼ ਪਿੰਡਾਂ 'ਚ ਵੀ ਬਣ ਗਿਆ ਆਪਣੇ, ਰਾਜਨੀਤੀ ਤੋਂ ਉੱਪਰ ਉੱਠ ਕੇ ਧਰਮ ਨੂੰ ਹਰ ਬੰਦਾ ਆਪਣੇ ਧਰਮ ਨੂੰ ਪਿਆਰ ਕਰਦਾ, ਸਾਰੇ ਧਰਮਾਂ ਦਾ ਸਤਿਕਾਰ ਕਰੋ, ਪਿਆਰ ਕਰੋ। ਉੱਪਰ ਉੱਠ ਕੇ ਵੀ ਅਸੀਂ ਯਾਰ ਇੱਕ ਇਨਸਾਨੀਅਤ ਤੌਰ 'ਤੇ ਜਿਹੜਾ ਸਾਡੇ ਸਮਾਜ ਨੂੰ ਐਡਾ ਭੈੜਾ ਚਿੱਟੇ ਵਰਗਾ ਕੋੜ ਚਿੰਬੜਿਆ ਹੋਇਆ ਉਹਨੂੰ ਆਪਾਂ ਲਾਉਣਾ, ਇਕੱਠੇ ਹੋ ਕੇ ਲਾਉਣਾ। ਮੈਂ ਤੁਹਾਡੇ ਨਾਲ ਆ, ਪਿੰਡਾਂ 'ਚ ਵੀ ਬਣੀਆਂ ਕਮੇਟੀਆਂ ਜਿੱਥੇ ਤੁਹਾਨੂੰ ਲੋੜ ਹੈ। ਜਿਹੜਾ ਬੰਦਾ ਇੱਕੋ ਵਾਰ ਨਿਕ ਦੇ ਦਿਓ ਵੀ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਬੰਦਾ ਵੇਚੂਗਾ ਉਹ ਅੱਜ ਆ ਜਾਂ ਕੱਲ੍ਹ ਬਚਦਾ ਨਹੀਂ, ਠੀਕ ਹੈ ਨਾ। ਜਾਂ ਬੰਦ ਕਰ ਦਿਓ, ਛੱਡ ਕੇ ਭੱਜੋ। ਅਗਲੀ ਗੱਲ ਇਹ ਆ ਵੀ ਰਾਤ ਨੂੰ ਜੇ ਕੋਈ ਤੁਹਾਨੂੰ ਕੋਈ ਧਮਕੀ ਦਿੰਦਾ ਉਹਦਾ ਮੈਨੂੰ ਦੱਸੋ। ਜੇ ਤੁਹਾਨੂੰ ਲੱਗਦਾ ਵੀ ਫਲਾਣਾ ਬੰਦੇ ਦਾ ਨਾਂ ਆਊਗਾ ਮੈਨੂੰ ਦੱਸੋ, ਮੈਂ ਆਪੇ ਸਮਝੂ। ਮੈਂ ਧਮਕੀ ਦੇਣ ਵਾਲੇ ਨੂੰ ਮੈਂ ਪੁਲਿਸ ਨੂੰ ਫੋਨ ਕਰੂੰਗਾ, ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗਾ। ਅਗਲੀ ਗੱਲ, ਕਾਨੂੰਨ ਆਪਣੇ ਹੱਥਾਂ 'ਚ ਨਹੀਂ ਲੈਣਾ। ਜੇ ਕੋਈ ਮੇਰੀ ਗੱਲ ਸੋਚੀ, ਆਪਣੇ ਆਪਣੇ 20-50 ਜਾਣੇ ਆ, ਜੇ ਕੋਈ ਮੰਦਾ ਬੋਲਦਾ ਉਹ ਤਾਂ ਬੋਲਦਾ, ਉਹਦਾ ਠੀਕਰਾ ਬੱਦਾ ਮੂੰਹ ਦਾ ਸਿਰ 'ਤੇ ਉਹਦੇ। ਆਪਾਂ ਸਿਆਣਪ ਦੇ ਨਾਲ ਉਹਨੂੰ ਬਹਾਲੋ, ਕੁੱਟਮਾਰ ਨਹੀਂ ਕਰਨੀ। ਕੁੱਟਮਾਰ ਕਰਨ ਕਰਕੇ ਜਿਹੜਾ ਨਸ਼ਾ ਕਹਿੰਦਾ ਹੁੰਦਾ ਕੀ, ਉਹ 'ਚ ਠਾਕਦਾ ਵੱਜ ਗਈ ਉਹ ਮਰ ਗਿਆ। ਕਾਨੂੰਨ ਆਪਾਂ ਹੱਥ 'ਚ ਲਵਾਂਗੇ, ਮੁੜ ਕੇ ਇਹਦਾ ਨੁਕਸਾਨ ਕੀ ਹੈ? ਕਾਨੂੰਨ ਤਾਂ ਕਹਿੰਦਾ ਭਾਈ ਗਲਤੀ ਕਿਉਂ ਕੀਤੀ, ਹੁਣ ਬੇਟਾ ਕਾਨੂੰਨ ਆਪਦੀ ਪੈਰਵਾਈ ਕਰਕੇ ਜੋ ਉਹਦਾ ਸਜ਼ਾ ਮਿਲਦੀ ਹੈ ਦਿਖਾਵਾਂਗੇ, ਠੀਕ ਹੈ ਨਾ। ਹੁਣ ਭਾਈ ਰੂਪੇ ਕੋਈ ਕਈ ਦਿਨ ਹੋ ਗਏ, ਕਿਉਂਕਿ ਕਈ ਲੋਕ ਅੱਜ ਵੀ ਕਹਿੰਦੇ ਵੀ ਇਹ ਸਮਾਜ ਦੇ ਵਿੱਚ ਸੁਧਰੇ ਨਾ ਸਮਾਜ। ਕਈਆਂ ਲੋਕਾਂ ਨੂੰ ਰੜਕਦਾ ਵੀ ਅਸੀਂ ਭਾਈ ਸਾਡਾ ਕਾਰੋਬਾਰ ਖੜ ਗਿਆ, ਗੰਦਾ ਕਾਰੋਬਾਰ। ਉਹਨਾਂ ਨੇ ਰਾਤ ਨੂੰ 4-5 ਲੇਡੀਜ਼ ਭੇਜ ਕੇ ਆਪਣੀ ਕਮੇਟੀ ਸਾਰੀਆਂ ਪਾਰਟੀਆਂ ਦੇ ਬੰਦੇ ਆਵਾ ਤਵਾ ਬੋਲੇ, ਐਂ ਕਰਕੇ ਕੁਝ ਬੋਲਣ ਆਪਣੀ ਕਮੇਟੀ ਦੇ ਨਿਆਣੇ ਕੁਛ ਨਹੀਂ ਬੋਲੇ, ਨਗਰ ਪੰਚਾਇਤ ਵੀ ਨਾਲ ਉਹ ਬਹੁਤ ਕੁਝ ਬੋਲੇ, ਲੇਡੀ ਬੋਲੀਆਂ ਜਮ੍ਹਾਂ ਨਹੀਂ ਬੋਲੇ, ਹੱਥ ਜੋੜ ਕੇ ਖੜੇ। ਅਗਲੇ ਦਿਨ ਉਹਨਾਂ ਨੇ ਕੀ ਕੀਤਾ ਉੱਥੇ ਭਾਈ ਜਾਣ ਕੇ ਆਪਦੇ ਕੱਪੜੇ ਪਾੜ ਕੇ ਹਸਪਤਾਲ ਦਾਖਲ ਹੋ ਗਏ, ਉਹਦੇ 'ਤੇ ਕਾਰਵਾਈ ਉਹਨਾਂ 'ਤੇ ਪੈ ਗਈ, ਕਿਉਂਕਿ ਗਲਤ ਤਾਂ ਗਲਤੀ ਹੋਈ। ਆਪਾਂ ਇੰਨੇ 100 ਜਾਣਾ ਆਪਾਂ ਇੱਕ ਇਕੱਠੇ ਗਵਾਹ ਆ, ਅਤੇ ਦੋ ਬੰਦੇ ਕਿਵੇਂ ਆਪਣੇ ਗਰੁੱਪ ਚੱਲ ਪੈਣਗੇ? ਬਹੁਤ ਵਧੀਆ ਉਦਮ ਆ ਬੂਟੇ, ਚੰਗਾ ਮਨਜੀਤ, ਸਾਰੇ ਜਾਣੇ ਰਲ ਕੇ ਕਰੂ। ਗਲਤ ਬੰਦਾ ਆਪੇ ਹੌਲੀ ਪਾਸੇ ਆਊਗਾ, ਸਾਰੇ ਐਮਐਲਏ ਚ ਛੋਟੀ ਸ਼ਿਫਟ ਆ ਗਏ। ਹਾਂ, ਨੁਕਸਾਨ ਕਰਨ ਵਾਸਤੇ ਆਉਣਗੇ, ਸਾਨੂੰ ਪਾੜਨ ਵਾਸਤੇ ਆਉਣਗੇ, ਕਈ ਕੰਨ ਭਰਨ ਵਾਸਤੇ ਆਉਣਗੇ। ਪਰਵਾਹ ਨਹੀਂ ਮਿਲਣੀ ਪਈ ਸਾਡੀ ਏਕਤਾ, ਸਿਰਫ ਨਸ਼ਾ ਵਿਰੋਧੀ ਏਕਤਾ ਅਸੀਂ ਰਹਿਣਾ, ਅਸੀਂ ਸ਼ਹਿਰ 'ਚ ਨਹੀਂ ਰਹਿਣ ਦੇ, ਹਲਕੇ 'ਚ ਰਹਿਣ ਦੇ। ਐਮਐਲਏ ਸਾਹਿਬ, ਤੁਸੀਂ ਇਹਦੇ ਜਿਹੜਾ ਇਹ ਨਸ਼ਾ ਦਾ ਵਪਾਰ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ, ਇਹਦੇ ਖਿਲਾਫ ਤੁਸੀਂ ਜਿਹੜੀਆਂ ਹਦਾਇਤਾਂ ਦਿੱਤੀਆਂ ਹੋਈਆਂ ਆਪਣੇ ਪ੍ਰਸ਼ਾਸਨ ਨੂੰ, ਕੀ ਕਿਹਾ ਹੋਇਆ ਤੁਸੀਂ ਪੁਲਿਸ ਵਾਲਿਆਂ ਨੂੰ? ਥੋੜ੍ਹਾ ਜਿਹਾ ਦੇਸ਼ ਆਪਣੇ ਪੰਜਾਬ ਵਾਸੀ ਨੂੰ ਆਖਿਆ ਹੋਇਆ ਪੁਲਿਸ ਨੂੰ, ਜਦੋਂ ਸਾਡੀ ਨਸ਼ਾ ਵਿਰੋਧੀ ਜਿਹੜੀ ਕਮੇਟੀ ਆ, ਠੀਕ ਹੈ ਜੀ, ਜੇਕਰ ਕੋਈ ਗਲਤ ਆਨਸਰ ਉਹਨਾਂ ਦਾ ਬਦਤਮੀਜ਼ੀ ਕਰਦਾ ਜਾਂ ਗਲਤੀ ਕਰਦਾ ਉਹਨੂੰ ਲਿਜਾ ਕੇ ਉਹਦੀ ਕਾਨੂੰਨੀ ਕਾਰਵਾਈ ਕਰੋ, ਬਖਸ਼ੋ ਨਾ ਕਿਸੇ ਨੂੰ। ਜੇ ਸਾਡਾ ਨਸ਼ਾ ਵਿਰੋਧੀ ਕਮੇਟੀ ਕਹਿੰਦੀ ਫਲਾਣੇ ਥਾਂ ਨਸ਼ਾ ਵੇਚਦਾ ਉੱਥੇ ਇਮੀਡੀਏਟਲੀ ਰੇਡ ਮਾਰੋ, ਉਹ ਲਿਆਓ। ਜੇ ਉਹਦੇ ਕੋਲ ਨਹੀਂ ਮਿਲਦਾ ਉਹਦੀ ਪੁੱਛਗਿੱਛ ਕਰੋ ਵੀ ਕਿੱਥੋਂ ਲਿਆਉਣਾ, ਅੱਜ ਕਿੱਥੇ, ਆਪੇ ਮੰਨ ਜਾਂਦੇ ਸਾਰੇ, ਠੀਕ ਹੈ ਨਾ। ਪ੍ਰਸ਼ਾਸਨ ਨਾਲ ਹੈ, ਮੈਂ ਹਰ ਰੋਜ਼ ਦੀ ਤਰ੍ਹਾਂ ਉਹਨਾਂ ਨਾਲ ਇਨ ਟੱਚ ਰਹਿੰਦਾ। ਅਸੀਂ ਹਾਜ਼ਰਾਂ ਕਮੇਟੀ ਦਾ ਸਾਡੇ ਹਲਕੇ 'ਚ ਕਮੇਟੀਆਂ ਬਣੀਆਂ, ਅਤੇ ਜੇਕਰ ਫਿਰ ਵੀ ਕੋਈ ਪੁਲਿਸ ਅਫਸਰ ਜਾਂ ਹੋਰ ਕੋਈ ਕਿਤਾਹੀ ਕਰੂਗਾ ਉਹਦੇ 'ਤੇ ਵੀ ਕਾਨੂੰਨੀ ਕਾਰਵਾਈ। ਇਹਦੇ ਉੱਤੇ ਸਾਰਿਆਂ ਨੇ ਅਸੀਂ ਜਾਤ ਪਾਤ ਮਸਲ ਤੋਂ ਉੱਪਰ ਉੱਠ ਕੇ, ਜਾਤੀ ਪਾਰਟੀਆਂ ਤੋਂ ਉੱਤੇ ਉੱਠ ਕੇ, ਧਰਮਾਂ ਦੇ ਭੇਦਭਾਵ ਤੋਂ ਉੱਤੇ ਉੱਠ ਕੇ ਅਸੀਂ ਇਹ ਅੱਜ ਜਿਹੜਾ ਮਾਰਚ ਰੱਖਣਾ। ਤੁਹਾਨੂੰ ਪਤਾ ਕਿ ਜਦੋਂ ਹੜ ਆਏ ਉਹਨੇ ਕਿਸੇ ਦਾ ਘਰ ਨਹੀਂ ਪੁੱਛਿਆ ਕਿ ਇਹ ਜ਼ਿਮੀਂਦਾਰਾਂ ਦਾ ਘਰ ਹੈ, ਨਹੀਂ ਡੁਬੋਣਾ। ਇਹ ਰਵਿਦਾਸੀ ਸਿੱਖਾਂ ਦਾ ਘਰ ਹੈ, ਨਹੀਂ ਡੁੱਬਣਾ ਚਾਹੀਦਾ। ਇਹ ਪੰਡਤਾਂ ਦਾ ਘਰ ਹੈ, ਨਹੀਂ ਡੁੱਬਣਾ ਚਾਹੀਦਾ।
क्योंकि जो आफत आ किसी को नहीं बख्शदियां। जब जंगल अग लगती है और दरख्त की जात नहीं पुछेगा। इस तरह मैडिकल वाले भीर बेनती है कि मैडिकल पटीशन जिन्हें भी है तुम साथ दो, सारे का धन्यवाद। पर जे कोई डॉक्टर की पर्ची तो बिना कोई सरेंज बेचता, कोई जरा स्ट्रेंथ वगैरह कैप्सूल ये बेचता, या होर कोई जो पत्तियां बच्चिया जिन्हें उत्ते ला के चिट्टा पीते, इस तरह की जो समगरी कोई बिना डॉक्टर की पर्ची तो बेचना मिल गया तो वह अपने चीज का जिम्मेवार आप हो सकता। इस सारे नगर को सारे शहर को बेनती है इन गलों का ध्यान रखा जाए। सिर्फ जी सिर्फ चिट्टा चिट्टा असी अपने पिंड खत्म करके चले हैं। असी 99% पोर्चुगल के चिट्टा खत्म कर चुके हैं। टुले जो चल के अभी 31 कमेटी कल 31वीं कमेटी पिंड बजाले बना के आए हैं। तो हम अच्छे रामपुरे अपना जरा मार्च कटनी है ये एक तरीका गा। सा लड़ाई सिर्फ चिट्टे का साड़ी सारिया कोई लड़ाई नहीं हैगी, किसी भी बंदे का साड़ी कोई लड़ाई नहीं हैगी। साड़ी लड़ाई आ सिर्फ जी सिर्फ चिट्टे का। चिट्टा छड़ देणगे वधिया रहणगे साडे कोल आके। जिहड़ा कोई चिट्टे का बीमार है उहनूं बीमारी कोण लग्गिया होया वो छड्डणा चाहुंदा साडे कोल नोट करा सकदा है। उहनूं असीं मैडिकल सहूलत हस्पताल च दवावांगे जे कोई चिट्टा छड्डणा चाहुंदा। ते बाकी श्री भाई जिहड़े बलैकी आ अज उहनां कोल आखरी दिन सी रामपुरे दे विच। इतों बाद दे विच जे फड़िया गया साडा इक बोल वाला है फिर वह चढ़ा खड़ा करा के देखोगे तुम की बात होगा। ठीक है जी, अज तक जो पैसे नोट कमाने से कमा ले, अज तो बाद गोरख धंधार का बंद कर दो। तो नहीं पिंड जाग चुके ने, संगत जाग चुकी है, ये सारे नौजवान एकजुट हो चुके ने, सारे थोड़े मगर पैणगे। फिर आखोगे साढ़े इतने पिंड के नहीं रहन दिता, सानू शहर च नहीं रहन दिता, फिर स्टेट छड़ के भजोगे। ये बलैकिया इस नशे के तस्करों को चिट्टिया पूरी हदायत है भी अज तो बाद गलत काम नहीं करोगे। वधिया समाज के वधिया बंदे बन के रहो, मिलजुल के रहिए। आप सारे जिहड़े नौजवान चिट्टा छड्डना चाहते हैं वो साडे नाल संपर्क कर लैण, असी उन्होंने इलाज करावांगे। एक बई जी जिहड़े मन गया ट्रैफिक है जिहड़ियां अपनियां गड्डियां लैके आया पासे ला दिओ, आपां पैदल मार्च करनी है, अपना अपनियां गड्डियां सेफ्टी दे विच ला दिओ। ट्रैफिक इंचार्ज को बेनती है कि अपने आ जोड़े के पुलों से अच्छ कोई भी आटो रिक्शा ना बन दौ, अगे पिछे करके खड़ा दौ, तो सवारी बार भी अगे पिछे करके खड़ा दौ, जाम नहीं लगेगा। एक भीर जी साड़ी हदायत है, सा कमेटी मैंबर है, सा वलंटियर है, आप कोई मोटरसाइकिल लाएगा नंबर प्लेट कंप्लीट होनी चाहिए है। नंबर प्लेट तो बगैर साडा कोई कमेटी मैंबर नहीं होगा। वो नंबर प्लेट मोटरसाइकिल कार उसकी नंबर प्लेट जरूरी है साढ़े, ये साढ़े कमेटियों का टल फैसला है भी साढ़े कागज पूरे होने चाहिए आ। जे असी आप तो चलांगे फिर ही अगे समाज का असी सुधार कर सकते, वो नहीं कर सकते। अज असी रामपुरा शहर के एक नशा विरोधी ते गुंडागर्दी विरोधी मार्च कर रहे हैं, जिदे विच पिंडां तों शहर तों संगतां पहुंच चुकियां ने। ते मैं सारिआं नूं बेनती करूंगा कि अपने अपने वहीकलां ते बैठो, अपनियां गड्डियां मोटरसाइकलां ते बैठो, ते आपां हुण मार्च की आरंभता करिए। रामपुरा की सब तो वह चिट्टा जरा पिंडा सप्लाई जाती है, गलती सब तो वह होंगी है। इस वास्ते आप रामपुरा मार्च कर रहे हैं, पिंड दिया कमेटिया भी आई ने, शहर तो भी आए ने। तो मैं सारे कहूंगा कि अपने अपने वहीकल लो, अपन गड्डिया मोटरसाइकलों से बैठो, तो आप हम अगे बढ़िए। वाहगुरु जी का खालसा, वाहगुरु जी की फतेह। ਕਾਂਗਰਸੀਆਂ ਦੀ ਇਹ ਝਾੜੂ ਵਾਲਿਆਂ ਦੀ ਰੈਲੀ ਨੀ, ਇਹ ਸਾਡੇ ਪੁੱਤ ਬਚਾਉਣ ਦੀ ਗੱਲ ਆ, ਇਹ ਸਾਡੇ ਜਿਹੜਾ ਚੋਰੀਆਂ ਕਰਦੇ ਆ ਲਟੇਰੇ ਬੰਦੇ ਆ ਉਹਨਾਂ ਦੇ ਖਿਲਾਫ਼ ਗੱਲ ਕਰਨੀ ਹੈ, ਜਿਹੜੇ ਚਿੱਟੇ ਦੇ ਤਸਕਰ ਆ ਉਹਨਾਂ ਦੇ ਖਿਲਾਫ਼ ਗੱਲ ਕਰਨੀ ਹੈ। ਇੱਥੇ ਕੋਈ ਵੀ ਕਿਸੇ ਦੀ ਪਾਰਟੀ ਨਹੀਂ, ਇੱਥੇ ਅਸਾਨੀਅਤ ਹੈ। ਜ਼ਮੀਰ ਜਾਗਦੀ ਵਾਲੇ ਬੰਦੇ ਸਾਡੇ ਨਾਲ ਤੁਰਨਗੇ ਬਾਈ ਜੀ, ਜ਼ਮੀਰ ਜਾਗਦੀ ਵਾਲੇ ਬੰਦੇ, ਜਿਹੜੇ ਜ਼ਮੀਰ ਜਾਗਦੀ ਵਾਲੇ ਆ ਇਹ ਰੈਲੀ ਦਾ ਹਿੱਸਾ।
ਲੱਗਦੀ ਹੈ ਉਹਦਾ ਰੱਬ ਪਾਇਆ ਹੋਇਆ ਹੈ ਜਿਹਦੀ ਜ਼ਮੀਰ ਹੀ ਮਰ ਗਈ ਰੱਬ ਨੇੜੇ ਦੇ ਬੜੇ ਨੇੜੇ ਤੇ ਨਹੀਂ ਖੜਦਾ ਵਾਹਿਗੁਰੂ ਜੀ ਰਾਮ ਜੀ ਤੁਸੀਂ ਲੋਕਾਂ ਨੂੰ ਦੱਸੋ ਕਿ ਲੋਕ ਕਿਹੜੇ ਹਾਲਾਤਾਂ ਦੇ ਵਿੱਚ ਜਿਉਂ ਰਹੇ ਆ ਹਾਂਜੀ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜਿਹੜਾ ਸਾਡਾ ਅੱਜ ਦਾ ਇਹ ਮਾਰਚ ਹੈ ਇਹ ਜਾਗਰੂਕ ਕਰਨ ਵਾਸਤੇ ਚੇਤਨਾ ਮਾਰਚ ਰੱਖਿਆ ਗਿਆ ਕਿਉਂਕਿ ਜਿਹੜੀ ਸਭ ਤੋਂ ਭੈੜੀ ਅਲਾਮਤ ਹੈ ਚਿੱਟੇ ਦੀ ਜਿਹੜੀ ਨਸ਼ੇ ਦੀ ਬਿਮਾਰੀ ਹੈ ਉਹਨੇ ਹਰ ਪੰਜਾਬ ਦਾ ਕੋਈ ਘਰ ਨਹੀਂ ਛੱਡਿਆ ਲਗਭਗ ਹਰ ਤੀਜੇ ਦਰ ਤੇ ਖੜਾ ਹੈ ਤੇ ਇਹਨੇ ਸਾਨੂੰ ਤਬਾਹ ਕਰ ਦੇਣਾ ਹੈ ਜਿੰਨਾ ਕਿ ਤਬਾਹ ਹੋਇਆ ਉਸ ਤੋਂ ਜ਼ਿਆਦਾ ਬਦਨਾਮ ਹੋ ਚੁੱਕਿਆ ਪੰਜਾਬ ਨਸ਼ੇ ਦੇ ਮਾਮਲੇ 'ਚ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਪਾਓ ਸਾਥ ਦਿਓ ਨਾਲ ਇਹ ਸਾਡੀ ਸਾਰਿਆਂ ਦੀ ਲੜਾਈ ਹੈ अपने इतिहास नाल जुड़ के अपना भविख बना जेड़ा साडा नाम साडे गुरुआं ने साडे शहीदां ने आपदा वधिया जिंदगी जो भाईचारा जिवें पहला साडे बजुर्गां दा काम की असी जिमीदार हैं साडे बालगे भरा उन्हां दे नाल साडी साझ हुंदी सी चाचे ताए ਅਸੀਂ ਉਹਨਾਂ ਨੂੰ ਮਾਸੜ ਵੀ ਕਹਿੰਦੇ ਸੀ ਚਾਚਾ ਵੀ ਕਹਿੰਦੇ ਸੀ ਤਾਇਆ ਵੀ ਕਹਿੰਦੇ ਸੀ ਹਲਕਾ ਰਾਤਰਾ ਫੂਲ ਦੇ ਚਾਹੇ ਪੰਜਾਬ ਪਿੰਡਾਂ ਦੀਆਂ ਨਸ਼ਾ ਰੋਕੋ ਕਮੇਟੀਆਂ ਸ਼ਹਿਰ ਰਾਤਰਾ ਫੂਲ ਦੇ ਖੇਤ ਚਿੱਟੇ ਦੇ ਖਿਲਾਫ਼ ਮਹਾਰੈਲੀ ਕੀਤੀ ਜਾ ਰਹੀ ਹੈ ਸੋ ਸ਼ਹਿਰ ਨਗਰ ਨਿਵਾਸੀ ਰਾਤਰਾ ਫੂਲ ਦੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਰੈਲੀ ਦੇ ਵਿੱਚ ਹਿੱਸਾ ਪਾਓ ਪੰਜਾਬ ਬਚਾਓ ਭਰਾਵੋ ਅੱਜ ਪੰਜਾਬ ਦੇ ਹਾਲਾਤ ਕੀ ਹੈ ਨਾ ਤਾਂ ਸਾਡੇ ਘਰਾਂ ਦੇ ਵਿੱਚ ਪਿਆ ਸਮਾਨ ਸੇਫ ਹੈ ਤੇ ਨਾ ਸਾਡੇ ਬੱਚੇ ਸੇਫ ਹੈ ਤੇ ਨਾ ਕਿ ਸਾਡੀ ਪੰਜਾਬ ਦੀ ਜਵਾਨੀ ਸੇਫ ਹੈ ਸੋ ਇਹ ਬੇਨਤੀ ਕਰਦੇ ਹਾਂ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਇਹ ਰੈਲੀ ਦੇ ਵਿੱਚ ਹਿੱਸਾ ਪਾਓ ਚਿੱਟਾ ਪੰਜਾਬ ਤੇ ਪੰਜਾਬ ਬਚਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਮ ਸਿੰਘ ਟਪਾੜੀ ਅੱਜ ਅਸੀਂ ਸਾਡਾ ਜਿਹੜਾ ਮਾਲਵੇ ਦਾ ਇੱਕ ਵਧੀਆ ਬੜਾ ਵੱਡਾ ਹਲਕਾ ਹੈ ਰਾਮਪੁਰਾ ਫੂਲ ਹਲਕਾ ਹੈ ਇਹਦੇ ਵਿੱਚ ਚਿੱਟੇ ਦੇ ਵਿਰੋਧ ਦੇ ਵਿੱਚ ਐਂਟੀ ਡਰੱਗਸ ਜਿਹੜੀਆਂ ਕਮੇਟੀਆਂ ਬਣੀਆਂ ਲਗਭਗ ਪਿਛਲੇ 30 ਪਿੰਡਾਂ ਦੇ ਵਿੱਚ ਪਿਛਲੇ ਦਿਨਾਂ 'ਚ ਕਮੇਟੀਆਂ ਬਣ ਗਈਆਂ ਅਤੇ ਪੂਰਨ ਤੌਰ 'ਤੇ ਪਿੰਡਾਂ ਦੇ ਵਿੱਚ ਮਤਲਬ ਪਹਿਰੇਦਾਰੀ ਕਰਕੇ ਉਸ ਚਿੱਟੇ ਦਾ ਸਫਾਇਆ ਕਰਨ ਵਾਸਤੇ ਲੋਕ ਲਹਿਰ ਹੈ ਜਿਹੜੀ ਉਹ ਖੜ੍ਹੀ ਹੋ ਚੁੱਕੀ ਹੈ ਅਤੇ ਅੱਜ ਅਸੀਂ ਸਾਡਾ ਜਿਹੜਾ ਰਾਮਪੁਰਾ ਫੂਲ ਸ਼ਹਿਰ ਪੈਂਦਾ ਹੈ ਕਿਉਂਕਿ ਪਿਛਲੇ ਲਗਭਗ 30 ਪਿੰਡ ਆ ਜਿਹੜੇ ਅਸੀਂ ਉਹ ਕਵਰ ਕਰ ਲਿਆ ਹੈ ਲੋਕਾਂ ਨੇ ਆਪਣੇ ਆਪਣੇ ਪਹਿਰੇ ਕਰ ਲਿਆ ਰਾਤ ਨੂੰ ਵੀ ਦਿਨੇ ਵੀ ਇੱਥੋਂ ਤੱਕ ਕਿ ਹਰ ਇੱਕ ਪਹਿਰੇ 'ਤੇ ਇੱਕ ਜਾਂ ਦੋ ਮਾਂਝਾਂ ਵੀ ਨਾਲ ਖੜੀਆਂ ਕਿਉਂਕਿ ਤਸਕਰਾਂ ਨੇ ਆਪਣੇ ਤਰੀਕੇ ਬਦਲੇ ਸੀਗੇ ਉਹ ਆਪਣੇ ਨਾਲ ਬੱਚੇ ਜਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਚੱਲ ਪਏ ਸੀਗੇ ਸੋ ਉਹਨਾਂ ਦੀ ਵੀ ਤਲਾਸ਼ੀ ਲੈਣ ਵਾਸਤੇ ਉਹਨਾਂ ਨੂੰ ਫੜਨ ਵਾਸਤੇ ਸਾਰੇ ਉਪਰਾਲੇ ਕੀਤੇ ਗਏ ਆ ਅੱਜ ਅਸੀਂ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਕਿਉਂਕਿ ਜਿਹੜਾ ਰਾਮਪੁਰਾ ਫੂਲ ਸ਼ਹਿਰ ਹੈ ਇਹਦੇ ਵਿੱਚ ਕਾਫੀ ਭੀੜ ਭੜੱਕੇ ਵਾਲੀ ਜਗ੍ਹਾ ਅਤੇ ਇੱਥੇ ਜਿਹੜੇ ਚਿੱਟੇ ਦੀ ਤਸਕਰੀ ਆ ਉਹ ਵੱਡੇ ਪੱਧਰ 'ਤੇ ਹੋ ਰਹੀ ਹੈ ਕਈ ਹਲਕੇ ਇੱਥੇ ਅਸੀਂ ਜੋੜੇ ਪੁਲਾਂ 'ਤੇ ਖੜ੍ਹੇ ਹਾਂ ਇਸ ਮੁਹੱਲਿਆਂ ਦੇ ਵਿੱਚ ਵੀ ਕਾਫੀ ਸ਼ਿਕਾਇਤ ਆ ਰਹੀ ਹੈ ਉੱਧਰ ਗਾਂਧੀ ਬਸਤੀ ਦਾ ਹੈ ਬੱਸ ਅੱਡਾ ਟੀ ਪੁਆਇੰਟ ਹੈ ਉੱਥੇ ਇਹ ਸਾਰੀਆਂ ਜਗ੍ਹਾ ਦੇ ਉੱਤੇ ਜਿਹੜੇ ਨਾਲ ਲੋਕਾਂ ਦਾ ਬੋਲਬਾਲਾ ਹੈ ਸੋ ਅੱਜ ਅਸੀਂ ਇਸ ਚੀਜ਼ ਨੂੰ ਕਵਰ ਕਰਨ ਵਾਸਤੇ ਰਾਮਪੁਰਾ ਫੂਲ ਸ਼ਹਿਰ ਦੀ ਇੱਕ ਰੈਲੀ ਰੱਖੀ ਹੈ ਜਿਹਦੇ ਵਿੱਚ ਸਾਰੀਆਂ ਪਿੰਡਾਂ ਦੀਆਂ ਜਿਹੜੀਆਂ ਐਂਟੀ ਡਰੱਗਸ ਕਮੇਟੀਆਂ ਬਣੀਆਂ ਉਹ ਸਾਡੇ ਨਾਲ ਹੈ ਰਾਮਪੁਰਾ ਫੂਲ ਸ਼ਹਿਰ ਦੀ ਸੰਗਤ ਨਾਲ ਹੈ ਸਾਡੇ ਪਤਵੰਤ ਸੱਜਣ ਹੋਰ ਸਾਡੇ ਨਾਲ ਹੈ ਅਤੇ ਮੈਂ ਅੱਜ ਦੇ ਇਸ ਰੈਲੀ ਬਾਰੇ ਸਾਡੇ ਨਾਲ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਹੈ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਉਹ ਜੁੜ ਚੁੱਕੇ ਹੈ ਅਸੀਂ ਉਹਨਾਂ ਨੂੰ ਕੋਈ ਸਵਾਲ ਪੁੱਛਾਂਗੇ ਅੱਜ ਦੀ ਰੈਲੀ ਬਾਰੇ ਵੀ ਉਹ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਕੀ ਉਹ ਚਿੱਟੇ ਦੇ ਖਿਲਾਫ ਜਿਹੜੀ ਮੁਹਿੰਮ ਲੜ ਰਹੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿਛਲੇ ਲਗਭਗ 1 ਮਹੀਨੇ ਤੋਂ ਖਾਸ ਕਰਕੇ ਰਾਮਪੁਰਾ ਫੂਲ ਹਰਕੇ ਜਿਹੜੇ ਪਿੰਡ ਹੈ ਭਗਤੇ ਤੋਂ ਲੈ ਕੇ ਸਲਾਦਪੁਰਾ ਭਦੌੜ ਤੇ ਖੋ ਕੇ ਇੱਧਰ ਫੂਲ ਤੱਕ ਲਗਭਗ 30 ਪਿੰਡਾਂ ਦੇ ਵਿੱਚ ਜਿਹੜੀਆਂ ਐਂਟੀ ਡਰੱਗਸ ਕਮੇਟੀਆਂ ਬਣ ਚੁੱਕੀਆਂ ਅਤੇ ਉਹਨਾਂ ਨੇ ਪੂਰਨ ਤੌਰ ਨਾਲ ਆਪਣੇ ਪਿੰਡਾਂ ਦੀ ਪਹਿਰੇਦਾਰੀ ਕਰਕੇ ਇਸ ਚਿੱਟੇ ਨੂੰ ਇੱਥੋਂ ਤੱਕ ਉਹਨਾਂ ਲੋਕਾਂ ਦਾ ਕਹਿਣਾ ਵੀ 90-95% ਅਸੀਂ ਕਾਬੂ ਕਰ ਲਿਆ 5-4% ਆ ਜਿਹੜੇ ਚੋਰੀ ਛੁਪੇ ਉਹ ਜਿਹੜੇ ਪਹਿਲਾਂ ਪੱਕੇ ਆਦੀ ਬਣੇ ਹੋ ਕਿਤੋਂ ਮਿਲਦਾ ਅਤੇ ਲਾਉਂਦਾ ਜਾਂ ਭੱਜ ਨੱਠ ਕਰ ਰਹੇ ਆ ਬਾਕੀ 100% ਜਿਹੜੀ ਚੋਰੀਆਂ ਜਾਂ ਡਕੈਤੀਆਂ ਦੀਆਂ ਘਟਨਾਵਾਂ ਸੀ ਉਹ ਬੰਦ ਹੋ ਗਈਆਂ ਅੱਜ ਤੁਸੀਂ ਹਰਮਪੁਰਾ ਸ਼ਹਿਰ ਵਿੱਚ ਰੈਲੀ ਕਰਨ ਲੱਗੇ ਹੋ ਇਹਦੇ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿਓ ਅੱਜ ਜਿਹੜੀ ਰੈਲੀ ਨਸ਼ੇ ਦੇ ਵਿਰੋਧ 'ਚ ਕਰਨ ਲੱਗੇ ਹਾਂ ਕਿ ਉਸ ਦਲਦਲ ਦੇ ਵਿੱਚ ਸਾਡੇ ਬੱਚੇ ਛੋਟੇ ਛੋਟੇ ਬੱਚੇ ਵੀ ਪ੍ਰਾਇਮਰੀ ਤੱਕ ਦੇ ਬੱਚੇ ਜਿਹੜੇ ਨੇ ਉਹ ਵੀ ਇਹਦੇ ਵਿੱਚ ਆ ਚੁੱਕੇ ਨੇ ਅਤੇ ਉਹਦਾ ਜੋ ਅਸੀਂ ਸਾਰੇ ਇਲਾਕੇ 'ਚੋਂ ਉਹਦੀ ਕਰਕੇ ਸਪੁੱਛ ਗਿੱਛ ਸਾਰਾ ਪਤਾ ਲੱਗਾ ਵੀ ਜਿੰਨੀ ਸਪਲਾਈ ਹੈ ਨਾ ਜਿਹੜੇ ਕੋਈ ਵੱਡੇ ਨੇ ਉਹ ਰਾਮਪੁਰੇ ਦੇ ਵਿੱਚ ਕਰਦੇ ਨੇ ਅਤੇ ਅੱਗੇ ਰਾਮਪੁਰੇ ਦੇ ਵਿੱਚੋਂ ਬਾਹਰ ਸਾਰੇ ਹੁੰਦੀ ਆ ਅਤੇ ਇਸ ਵਾਸਤੇ ਅੱਜ ਰਾਮਪੁਰਾ ਸ਼ਹਿਰ ਦੇ ਵਿੱਚ ਇੱਕ ਰੈਲੀ ਰੱਖ ਰਹੇ ਹਾਂ ਇੱਥੋਂ ਸ਼ੁਰੂ ਹੋਣ ਵਾਲੀ ਆ ਹੁਣ ਥੋੜ੍ਹੇ ਸਮੇਂ ਤੱਕ ਅਤੇ ਪੂਰੇ ਰਾਮਪੁਰੇ ਸ਼ਹਿਰ ਦੇ ਵਿੱਚ ਦੋਨਾਂ ਮੰਡੀਆਂ ਦੇ ਵਿੱਚ ਜਾ ਕੇ ਅਤੇ ਸਮਾਪਤੀ ਵੀ ਇੱਥੇ ਕਰਨੀ ਆ ਪਰ ਜਿਹੜਾ ਸ਼ਹਿਰ ਦੀ ਸਪਲਾਈ ਤੋੜਨ ਵਾਸਤੇ ਅਤੇ ਮੈਂ ਸਾਰੀਆਂ ਕਮੇਟੀਆਂ ਨੂੰ ਵੀ ਕਹੂੰਗਾ ਜਿੰਨੀਆਂ ਵੀ ਪਿੰਡਾਂ ਦੀਆਂ ਇੱਥੇ ਕਮੇਟੀਆਂ ਪਹੁੰਚੀਆਂ ਨੇ ਪਹੁੰਚ ਰਹੀਆਂ ਨੇ ਕਿ ਤੁਸੀਂ ਸਹਿਯੋਗ ਦਿਓ
दो दो चार चार बंदे शहर वास्ते भी अपने पिंडा चो दो जो इस पिंड सारे शहर की भी नाकाबंदी की जा सके नाले तो इतों गुंडागर्दी बंद की जा सके जिहड़ा किसे दुकानदार नूं लुट लिया कदी किसे नूं लुट लिया कदी किसे नूं किसे दीआं भैण तुरी जांदी उहदा बैग खोह लिया मोबाइल खोह लिया वालियां ला लईआं ते मैं इहनां नूं कहूंगा कि उहनां नूं थाणियां दे विच लाया जावे पिंडां दे विच लाया जावे नाकियां दे जिथे लोक खड़े ने उहनां दे नाल इक इक मुलाजम दित्ता जावे उह जिहड़े पुलिस लाइन दे विच बैठे ने उहनां नूं कढो ना बाहर तनखाहां ते असीं उही देणियां ने जिदन तुहानूं लोड़ होगी उदन तुसीं वापस बुला लिओ पर उन्ने दिन तां उहनां नूं लोकां दे पबलिक दे कम करन दिओ ना पबलिक दी सेवा वास्ते पुलिस हुंदी आ ना कि पबलिक नूं कुट्टण वास्ते सो इस वास्ते असीं सरकार नूं इह गल जरूर कहांगे कि तुसीं इस तरह ना करो लोकां नूं कुट कटाई वाला कम जिहड़ा उह बंद करो जे कोई हक मंगदा ना तां उहदे नाल बैठ के उहदी गल करके उहदा हक उहनूं दे दिओ जे देणा बणदा जां जिन्ना देणा बणदा उन्ना दे दिओ आ कुट कटाई वाला कम बंद करके ते इहनां नशे वाले लोकां दे मगर ते चोरी डकैतियां वाले दे मगर पै जाओ अपने आप ही कुछ दिनों के सारा मसला हल हो जूगा तो वो नाल नाल ही असी ये भी कहांगे भी सानू जिहड़ियां कमेटियां ने ना पिंडां दे विच बन रही इन्हां नूं उपरले लैवल तक लागे जाना चाहिए उधरों ग्राउंड लैवल तो उधरों उपरले लैवल तक जिहड़ियां असी इन्हां दा टाकरा कर सकीए इन्हां गुंडे बदमाशां।